ਹਾਂਜੀ, ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ। ਅੱਜ ਦਾ ਜਿਹੜਾ ਆਪਣਾ ਬਲੌਗ ਆ, ਤੁਹਾਨੂੰ ਪਤਾ ਆਪਾਂ ਨੇ ਆਪਣੇ ਪਾਪੇ ਦਾ ਬਲਟੀਨਾ ਮੋਟਰਸਾਈਕਲ ਵਿਚਾਰਾ ਹਲਿਆੜੇ ਸਾਲਾਂ ਦਾ ਉਹ ਸਟਾਰਟ ਕਰਿਆ ਤਾ ਸ੍ਰੀ ਰਾਉਣ, ਅਤੇ ਉਹਦਾ ਆਪਾਂ ਨੇ ਪਲੱਗ ਪਾਉਣਾ ਹੈ। ਆਪਾਂ ਤਾਂ ਪਲੱਗ ਪਾ ਕੇ ਆਵਾਂਗੇ ਅਤੇ ਆਪਣੇ ਕੋਲ ਦੋ ਚੀਜ਼ਾਂ ਸੇਲ ਕਰਨ ਵਾਸਤੇ ਨੇ। ਤੁਸੀਂ ਬਲੌਗ ਦੇ ਨਾਲ ਬਣੇ ਰਹੋ, ਆਪਾਂ ਤੁਹਾਨੂੰ ਦੋ ਚੀਜ਼ਾਂ ਦਿਖਾਵਾਂਗੇ ਵੀ ਕੀ ਕੀ ਨੇ। ਬਾਕੀ ਹੁਣ ਆਪਾਂ ਚੱਲਦੇ ਹਾਂ ਮੋਟਰ 'ਤੇ, ਬਣੇ ਰਹੋ ਤੁਸੀਂ ਬਲੌਗ ਦੇ ਨਾਲ। ਹਾਂਜੀ, ਆ ਚੁੱਕੇ ਆਪਾਂ ਮੋਟਰ ਦੇ ਉੱਤੇ ਅਤੇ ਇੱਧਰ ਪਤੰਦਰ ਨੇ ਤੁਹਾਨੂੰ ਜਿੰਦਾ ਦਿਖਾਉਣਾ ਜਿਹੜਾ ਆਪਣੇ ਖੋਲਿਆ ਤਾ ਆਪਣਾ ਬਲੌਗ ਦੇ ਵਿੱਚ। ਆਹ ਦੇਖ ਸਕਦੇ ਹੋ ਕਿੱਡਾ ਜਿੰਦਾ ਠੋਕਿਆ, ਤੁਹਾਨੂੰ ਬੈਕ ਕੈਮਰੇ ਦਿਖਾਉਂਦੇ ਹਾਂ ਅਤੇ ਆਪਾਂ ਇਹਦਾ ਪਾਵਾਂ ਹੁਣ ਪਲੱਗ। ਆਹ ਦੇਖੋ ਕਿੱਡਾ ਜਿੰਦਾ ਠੋਕਿਆ ਪਤੰਦਰ ਨੇ, ਅਤੇ ਇਹਦਾ ਆਪਾਂ ਨੇ ਪਲੱਗ ਪਾਉਣਾ ਹੈ। ਬਾਕੀ ਦੋ ਗੱਡੇ ਲਾਏ ਨੇ ਪਿੰਡ ਦੇ, ਊਂ ਠੀਕ ਚੱਲਦਾ ਥੋੜ੍ਹਾ ਪਲੱਗ ਕਰਕੇ ਮਸ਼ੀਨ ਜੀ ਮਾਰਦਾ। ਪਲੱਗ ਪਾ ਦੀਏ ਆਪਾਂ ਇਹਦਾ, ਫਿਰ ਦੇਖਦੇ ਹਾਂ ਦਿਖਾਉਂਦੇ ਤੁਹਾਨੂੰ ਆਹ ਪਲੱਗ ਲਿਆਂਦਾ ਆਪਣੇ ਨਵਾਂ ਬੋਸ ਕੰਪਨੀ ਦਾ ਪਾਉਣਾ ਜੀ ਆਪਾਂ ਹੁਣ ਇਹਦਾ ਪਲੱਗ। ਹਾਂਜੀ, ਆਹ ਦੇਖ ਸਕਦੇ ਹੋ ਆਪਾਂ ਨੇ ਆਹ ਪਲੱਗ ਕੱਢ ਲਿਆ ਅਤੇ ਇੱਧਰ ਨਵਾਂ ਪੁਰਾਣਾ ਕਾਲਾ ਹੋਇਆ ਪਿਆ ਪਲੱਗ, ਪਤਾ ਨਹੀਂ ਵਿਚਾਰਾ ਕਿਹੜੇ ਸਾਨੂੰ ਦਾ ਹੋਊਗਾ ਪਲੱਗ ਵੀ, ਅਤੇ ਹੁਣ ਪਲੱਗ ਆਪਾਂ ਇੱਥੇ ਕੱਸ ਦਈਏ। ਬਾਕੀ ਫਿਰ ਦਿਖਾਉਣਾ ਤੁਹਾਨੂੰ ਸਟਾਰਟ ਕਰਕੇ, ਬਣੇ ਰਹੇ ਤੁਸੀਂ ਬਲੌਗ ਦੇ, ਪੱਕੇ ਦੇਖਣਾ ਪਊਗਾ ਇਹਦੇ 'ਚ ਪੈਟਰੋਲ ਪਟਰੋਲ ਹੈ ਕਿ ਨਹੀਂ, ਅਤੇ ਪਤਾ ਖਤਮ ਕਰਕੇ ਖੜਾ ਹੋਇਆ ਹੋਵੇ ਪਤੰਦਰ ਦਾ। ਹਾਂਜੀ ਵੀਰ, ਆਪਾਂ ਨੇ ਆ ਦੇਖ ਸਕਦੇ ਹੋ ਮੋਟਰਸਾਈਕਲ ਪਲੱਗ ਦੇ ਆਪਾਂ, ਅਤੇ ਮੋਟਰਸਾਈਕਲ ਸਟਾਰਟ ਹੋ ਚੁੱਕੇ ਆ। ਬਾਕੀ ਰੇਲ ਉਸ ਦੇਖ ਦੀ ਕਹਿੰਦਾ ਵੀ ਤਾਂ ਨਹੀਂ ਮਾਰਦਾ, ਆ ਫੜ ਫੜ ਜੀ ਕਹਿੰਦੇ ਕਰਦਾ, ਤੇ ਇੱਧਰ ਮਿਸਤਰੀ ਬੈਠਾ ਉੱਪਰ ਦੇਖਦੇ ਹੁਣ ਕੀ ਕਹਿੰਦਾ ਵੀ ਤੇਲ ਘੱਟਾ, ਲੱਗਦਾ ਵੀ ਆਪਣੇ ਦਾ ਤੇਲ ਤੂਲ ਉੱਪਰ ਚੜਦਾ, ਲਵੇ ਲਾ ਕੇ ਖੜਾਇਆ ਵਾ। ਚਲੋ ਪਲੱਗ ਆਪਾਂ ਨੇ ਪਾ ਦਿਆ, ਬਾਕੀ ਹੁਣ ਤੇਲ ਤੂਲ ਪਾਵਾਂਗੇ ਇਹਦੇ 'ਚ ਲਿਆ ਕੇ। ਹਾਂਜੀ, ਪਲੱਗ ਆਪਾਂ ਨੇ ਦਿਆ ਪਾ, ਅਤੇ ਹੁਣ ਜੇ ਪੈਟਰੋਲ ਪਟਰੋਲ ਥੋੜ੍ਹੇ ਜਿਹਾ ਉਹਨੇ ਫੂਕ ਕੇ ਖੜਾ ਤੇ ਆ, ਬਾਕੀ ਪੈਟਰੋਲ ਪਟਰੋਲ ਪਾਉਣੇ ਆਪਾਂ ਲਿਆ ਕੇ ਇਹਦੇ ਵਿੱਚ, ਅਤੇ ਪੈਟਰੋਲ ਚਲੋ ਆਪਾਂ ਪਾ ਦਾਂਗੇ ਬਲੌਗ ਦੇ ਵਿੱਚ, ਸੂਟ ਨਹੀਂ ਕਰਦੇ ਹੈਗੇ ਉਹ। ਬਾਕੀ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਦੋ ਚੀਜ਼ ਜਿਹੜੇ ਆਪਣੇ ਕੋਲ ਵਿਕਾਊ ਨੇ ਸੇਲ ਵਾਸਤੇ ਨੇ, ਤੁਸੀਂ ਬਲੌਗ ਨਾਲ ਬਣੇ ਰਹੋ। ਆਪਾਂ ਤੁਹਾਨੂੰ ਮੈਂ ਦੱਸੇ ਦਿੰਦਾ, ਆਪਣੇ ਕੋਲ ਇੱਕ ਤੁਹਾਡਾ ਰਿਪਰ ਆ ਸਟਰੋ ਰਿਪਰ, ਅਤੇ ਇੱਕ ਹੈਗਾ ਆਪਣੇ ਕੋਲ ਰੋਟਾਵੇਟਰ, ਤੁਹਾਨੂੰ ਦੋ ਚੀਜ਼ਾਂ ਦਿਖਾਉਣਾ ਆਪਾਂ ਲਿਜਾ ਕੇ, ਬਣੇ ਰਹੋ ਤੁਸੀਂ ਬਲੌਗ ਨਾਲ। ਹਾਂਜੀ ਵੀਰੋ, ਆ ਚੁੱਕੇ ਆਪਾਂ ਆਪਣੇ ਸਟਰੋ ਰਿਪਰ ਕੋਲ। ਆ ਦੇਖੋ ਇਹਦੇ ਰਿਪਰ ਜਿਹੜੇ ਆਪਣੇ ਸੇਲ ਕਰਨਾ ਹੈ, ਵਿਸ਼ਵਕਰਮਾ ਦੇ ਡੱਬਾਲਿਆਂ ਦਾ ਰਿਪਰ ਆ ਇਹ, 2013 ਮਾਡਲ, ਅਤੇ ਬਿਲਕੁਲ ਜਾਣੀ ਬਾਹਰ ਖੜ੍ਹਨ ਕਰਕੇ ਥੋੜ੍ਹੀ ਉੱਪਰੋਂ ਜਰਜੀ ਲੱਗ ਗਈ, ਬਾਕੀ ਰਿਪਰ ਵਿੱਚੋਂ ਲਗਭਗ ਓਕੇ ਆ। ਬਾਕੀ ਤੁਹਾਨੂੰ ਆਪਾਂ ਨੰਬਰ ਦੇ ਦਾਂਗੇ ਵੀਡੀਓ ਦੇ ਵਿੱਚ, ਜਿਹੜੀ ਡਿਮਾਂਡ ਆ ਉਹ ਆਪਣੇ ਦੂਸਰੇ ਭਾਈ ਸਾਹਿਬ ਦੱਸਣਗੇ। ਮਾਡਲ ਹੈਗਾ ਜੀ 2013। ਬਾਕੀ ਬੈਰਿੰਗ ਬੂਰਿੰਗ ਸਾਰੇ ਓਕੇ ਨੇ ਰਿਪਰ ਦੇ, ਕਿਧਰੋਂ ਕੋਈ ਘਾਟ ਨਹੀਂ ਜੀ ਰਿਪਰ ਦੇ ਵਿੱਚ। ਬਾਕੀ ਮੈਂ ਤੁਹਾਨੂੰ ਨੰਬਰ ਦੇ ਦੇਣਾ ਜੀ, ਨੰਬਰ ਹੈਗਾ ਜੀ, ਪਹਿਲਾ ਨੰਬਰ ਲਿਖ ਲਓ 98727 80 364, 98727 80 364। ਦੂਜਾ ਹੈਗਾ ਜੀ 94633 65730, 94633 65730। ਜੇਕਰ ਕਿਸੇ ਮੇਰੇ ਵੀਰ ਨੇ ਰਿਪਰ ਲੈਣਾ ਹੈ ਤਾਂ ਇਹ ਨੰਬਰਾਂ 'ਤੇ ਕੰਟੈਕਟ ਕਰਕੇ ਆਪਣਾ ਰੇਟ ਕਨਫਰਮ ਕਰ ਲਿਓ, ਆਪਣਾ ਰੇਟ ਰੂਟ ਤੁਹਾਨੂੰ ਦੱਸ ਦੇਣਗੇ। ਬਾਕੀ ਰਿਪਰ ਬਿਲਕੁਲ ਓਕੇ ਆ, ਕੋਈ ਰਿਪੇਅਰ ਦੀ ਲੋੜ ਨਹੀਂ ਹੈਗੀ, ਬਸ ਆਪਣਾ ਬਲੇਡ ਬਦਲ ਕੇ ਅਤੇ ਸਟਿੱਪ ਦੇ ਬਲੇਡ ਪਾ ਕੇ ਰਿਲੀਸ ਕਰਕੇ ਰਿਪਰ ਆਪਣਾ ਬਿਲਕੁਲ ਚੱਲ ਜੂਗਾ, ਹੋਰ ਸਭ ਕੁਛ ਓਕੇ ਹੋਇਆ ਵਾ, ਗਾਈਡਰ ਦੀਆਂ ਪੱਤੀਆਂ ਪੁੱਤੀਆਂ ਸਭ ਕੁਛ ਲੱਗਿਆ ਵਾ, ਇੱਧਰੋਂ ਕੋਈ ਘਾਟ ਨਹੀਂ ਹੈਗੀ ਰਿਪਰ ਦੇ ਵਿੱਚ। ਬਾਕੀ
ਜਿਹੜਾ ਆਪਣਾ ਰੋਟਾ ਪਟਰਾ ਉਥੋਂ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ ਦੇ ਵਿੱਚ। ਜੇਕਰ ਬਲੌਗ ਚੰਗਾ ਲੱਗਿਆ ਹੋਵੇ ਤਾਂ ਆਪਣੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਦਾ ਆਈਕੋਨ ਦਬਾ ਕੇ ਆਲੇ ਬਟਨ ਦੇ ਕਰ ਦਿਓ ਪ੍ਰੈਸ, ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ। ਧੰਨਵਾਦ ਜੀ। ਆ ਜਾ ਕਦੀ।